ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਰਹੇ ਮਰਹੂਮ ਪੰਜਾਬੀ ਗਾਇਕ ਸੁਰਜੀਤ ਬੈਂਦਖੀਆ ਬਾਰੇ ਆ ਰਹੀ ਆ ਵੱਡੀ ਖਬਰ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਵੀ ਆਪਣੇ ਸਮੇਂ ਦੇ ਵਿੱਚ ਸੁਰਜੀਤ ਬਿੰਦ ਰਖੀਆ ਦੇ ਫੈਨ ਸੀਤਾ ਕਮੈਂਟ ਸੈਕਸ਼ਨ ਚ ਯੈਸ ਜ਼ਰੂਰ ਲਿਖੋ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਰਹੇ ਮਰਹੂਮ ਪੰਜਾਬੀ ਗਾਇਕ ਸੁਰਜੀਤ ਬਿੰਦ ਰਖੀਆ ਬਾਰੇ ਇੱਕ ਵੱਡੀ ਖਬਰ ਆਈ ਆ ਜਿੱਥੇ ਦੇਸ਼ ਵਿਦੇਸ਼ ਦੇ ਕਾਰਨ ਕਰੋਨਾ ਦੇ ਕਾਰਨ ਥੀਏਟਰ ਨੂੰ ਬੰਦ ਕੀਤਾ ਗਿਆ ਫਿਲਮਾਂ ਦੇ ਰਿਲੀਜ਼ ਕਰਨ ਉੱਪਰ ਰੋਕ ਲੱਗੀ ਆ ਉੱਥੇ ਹੀ ਕਈ ਫਿਲਮ ਨਿਰਮਾਤਾਵਾਂ ਦੇ ਵੱਲੋਂ ਵੱਡੇ ਬਜਟ ਦੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਜੋ ਸਹੀ ਸਮਾਂ ਉਂ ਤੇ ਦਰਸ਼ਕਾਂ ਦੇ ਸਨਮੁਖ ਕੀਤੀਆਂ ਜਾਣਗੀਆਂ ਡਾਇਰੈਕਟਰ ਜਗਦੀਪ ਸਿੱਧੂ ਦੇ ਵੱਲੋਂ ਦੋ ਫਿਲਮਾਂ ਜਿੱਥੇ ਕਿਸਮਤ 2 ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਆ ਉਤੋਂ ਹੀ ਆਪਣੀ ਅਗਲੀ ਫਿਲਮ ਦੇ ਬਾਰੇ ਵੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਰਜੀਤ ਬਿੰਦ ਰਖੀਆ ਦੀ ਜ਼ਿੰਦਗੀ ਦੇ ਉੱਤੇ ਉਹ ਫਿਲਮ ਬਣਾ ਰਹੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ بیٹے ਗਿਤਾਜ ਨੂੰ ਸ਼ਾਮਲ ਕੀਤਾ ਗਿਆ ਕਿਉਂਕਿ ਜਗਦੀਪ ਦੇ ਅਨੁਸਾਰ ਇਹ ਫਿਲਮ ਗਿਤਾਜ ਦੇ ਪਿਤਾ ਮਰਹੂਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਜੁੜੀ ਆ ਜੁੜੀ ਹੋ ਸਕਦੀ ਹੈ। ਇਸ ਫਿਲਮ ਦੀ ਬਾਕੀ ਕਾਸਟ ਤੇ ਰਾਈਟਰ ਬਾਰੇ ਕੋਈ ਖਲਾਸਾ ਨਹੀਂ ਕੀਤਾ ਗਿਆ। ਸੋ ਗਿਤਾਜ ਬਿੰਦਰਖੀਆ ਜਿਸ ਦੀ ਫੋਟੋ ਤੁਹਾਡੇ ਫੋਨ ਦੀ ਡਿਸਪਲੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ 2013 ਤੋਂ ਲੈ ਕੇ 2020 ਤੱਕ ਇੱਕ ਫਿਲਮ ਯਸਟ ਯੂ ਐਂਡ ਮੀ ਦੇ ਵਿੱਚ ਕੰਮ ਕੀਤਾ ਗਿਆ ਸੀ। ਹੁਣ ਗਿਤਾਜ ਦੇ ਵਾਪਸ ਪਰਦੇ ਤੇ ਆਉਣ ਦੇ ਜੇ ਪਤਾ ਲੱਗੇਗਾ ਤਾਂ ਦਰਸ਼ਕਾਂ ਨੂੰ ਕਿੰਨਾ ਪਸੰਦ ਆਵੇਗਾ ਕਿਉਂਕਿ ਗੀਤਾਜ ਦੀ ਪਹਿਲੀ ਫਿਲਮ ਜੂਨ 2013 ਦੇ ਵਿੱਚ ਆਈ ਸੀ ਉਸ ਨੂੰ ਦਰਸ਼ਕਾਂ ਵੱਲੋਂ ਕੁਝ ਖਾਸ ਪਿਆਰ ਨਹੀਂ ਸੀ ਮਿਲਿਆ ਪਰ ਹੁਣ 2021 ਦੇ ਅੰਤ ਜਾਂ 22 ਦੇ ਵਿੱਚ ਜਿਹੜੀ ਦੂਸਰੀ ਫਿਲਮ ਗੀਤਾਜ ਦੀ ਆ ਰਹੀ ਹੈ ਜਿਹੜੇ ਕਿ ਸਰਜੀਤ ਬਿੰਦਰਖੀਆ ਦੇ ਬੇਟੇ ਨੇ ਸੋ ਦੇਖਣਾ ਇਹ ਹੋਵੇਗਾ ਕਿ ਉਹਨਾਂ ਦੀ ਦੂਸਰੀ ਫਿਲਮ ਨੂੰ ਕਿੰਨਾ ਕੁ ਪਿਆਰ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਦੋਸਤੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ